ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਉੱਤੇ ਮੋਗਾ ਵਿਖੇ ਹੋ ਰਹੀ ਵਿਸ਼ਾਲ ਰੈਲੀ ਸੰਬੰਧੀ ਅੱਜ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ਵੱਲੋਂ ਸਮੂਹ ਪਾਰਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਮਹੇਸ਼ਇੰਦਰ ਜੀ ਦਾ ਆਦਮਪੁਰ ਆਉਣ 'ਤੇ ਨਿੱਘਾ ਸਵਾਗਤ ਵੀ ਕੀਤਾ ਗਿਆ। ਆਖੇ ਰਹੇ ਸੀ 15 ਕੁ ਦਿਨ, ਉਦੋਂ ਬਾਅਦ ਮੇਰਾ ਖਿਆਲ ਅੱਜ ਆਇਆ, ਲੰਘਿਆ ਵਿੱਚੋਂ ਦੀ ਕਈ ਦਫ਼ਾ ਹੋਊਗਾ, ਪਰ ਆਦਮਪੁਰ ਅੱਜ ਆਇਆ। ਅੱਜ ਤੁਹਾਨੂੰ ਬੇਨਤੀ ਕਰਨ ਆਇਆ ਕਿ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲ ਪਿਛਲੇ ਸਾਲ ਹੋ ਗਿਆ ਸੀਗਾ, 1920 'ਚ ਬਣਿਆ ਸੀ ਅਕਾਲੀ ਦਲ ਅਤੇ 2020 'ਚ 100 ਸਾਲ ਸੰਪੂਰਨ ਹੋ ਗਏ ਸੀ। ਪਰ ਪਿਛਲੇ ਸਾਲ ਕਰੋਨੇ ਦਾ ਜੋ ਮਾਰਾਮਾਰੀ ਸੀਗੀ ਉਹਦੇ ਕਰਕੇ ਅਸੀਂ ਆਪਾਂ ਸਾਰੇ ਰਲ ਕੇ ਜੋ ਕਾਨਫਰੰਸ ਸੀ ਉਹ ਨਹੀਂ ਕਰ ਸਕੇ। ਸੋ 100 ਸਾਲਾਂ ਦੇ ਸੰਬੰਧ ਵਿੱਚ ਰੈਲੀ ਅਤੇ ਆਉਣ ਵਾਲੀ ਰਣਨੀਤੀ ਘੜਨ ਲਈ ਸਮੁੱਚੇ ਪੰਜਾਬ 'ਚੋਂ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਅਤੇ ਅਸੀਂ ਅਨੁਮਾਨ ਲਾਉਂਦੇ ਹਾਂ ਕਿ ਤਕਰੀਬਨ 4 ਤੋਂ 5 ਲੱਖ ਦੀ ਸੰਗਤ ਉੱਥੇ ਮੋਗੇ ਵਿਖੇ ਕਿੱਲੀ ਚਹਿਲਾਂ ਵਿਖੇ 14 ਤਰੀਕ ਨੂੰ ਇਕੱਠੀ ਹੋਏਗੀ। ਦੂਸਰੀ ਗੱਲ ਆਪਣੇ ਇਹ ਹੁੰਦਾ ਕਿ ਆਪਾਂ ਜਾ ਕੇ ਭੱਜਣ ਦੀ ਗੱਲ ਕਰਦੇ ਹਾਂ। ਇਹ ਪ੍ਰੋਗਰਾਮ ਰੱਖਿਆ ਕਿ 10 ਵਜੇ ਤੱਕ ਜੇ ਸੰਗਤ ਸਾਰੀ ਉੱਥੇ ਪਹੁੰਚ ਜੇ ਤਾਂ ਅਸੀਂ ਰੈਲੀ ਤਕਰੀਬਨ 1:30 ਵਜੇ ਸਮਾਪਤ ਕਰ ਦਿਆਂਗੇ। ਸਾਰੀ ਲੀਡਰਸ਼ਿਪ ਪਹਿਲਾਂ ਬੋਲੇਗੀ, ਅੰਤ ਵਿੱਚ ਸਿਰਫ 3 ਜਾਂ 4 ਸੀਨੀਅਰ ਲੀਡਰ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ, ਸਰ ਸੁਖਬੀਰ ਸਿੰਘ ਜੀ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 1 ਜਾਂ 2 ਲੀਡਰ ਬੋਲਣਗੇ। ਇਸ ਗੱਲ ਨੂੰ ਜਾਣਦੇ ਹੋਏ ਕਿ ਦਿਨ ਛੋਟੇ ਨੇ, ਤੁਸੀਂ ਸਮੇਂ ਸਿਰ ਆਪਣੇ ਘਰ ਆ ਜਾਓ, 1:30 ਤੋਂ 2 ਵਜੇ ਤੋਂ ਲੇਟ ਨਹੀਂ ਹੋਏਗੀ ਰੈਲੀ ਦੀ ਸਮਾਪਤੀ। ਤੁਹਾਨੂੰ ਇੱਕ ਤਾਂ ਬੇਨਤੀ ਹੈ ਕਿ 100-100 ਬੱਸ ਹਰੇਕ ਇਲਾਕੇ ਲਈ ਲਾਈ ਗਈ ਹੈ। ਪਵਨ ਜੀ ਨੇ ਦੱਸਿਆ ਤੁਹਾਨੂੰ ਕਿ ਬੱਸਾਂ ਵੀ ਕਰਨੀਆਂ ਨੇ ਅਤੇ ਰੈਲੀ ਦਾ ਖਰਚਾ ਵੀ ਤਕਰੀਬਨ 4-5 ਕਰੋੜ ਦਾ ਹੈਗਾ ਅਤੇ ਉਹਦੇ ਲਈ ਵੀ ਕਿਹਾ ਕਿ 2-2 ਲੱਖ ਰੁਪਏ ਇੱਕ ਹਲਕੇ ਦਾ ਇੰਚਾਰਜ ਆਪਣੇ ਇਲਾਕੇ ਵਿੱਚੋਂ ਜ਼ਰੂਰ ਦੇਵੇ ਤਾਂ ਕਿ ਵੰਡ ਕੇ ਬੋਝ ਘੱਟ ਜਾਂਦਾ ਹੈ, ਇੱਕ 'ਤੇ ਭਾਅ ਜ਼ਿਆਦਾ ਹੋ ਜਾਂਦਾ। ਆਪਾਂ ਇੱਥੇ ਸਾਰੀਆਂ ਗੱਲਾਂ ਕੀਤੀਆਂ ਤੁਹਾਡੇ ਕੋਲ, ਮੈਂ ਉਹ ਗੱਲਾਂ ਨੂੰ ਦੁਹਰਾਵਾਂ, ਤੁਹਾਡੇ ਪਿੰਡੇ 'ਤੇ ਹੰਢਾਈਆਂ ਹੋਈਆਂ ਨੇ, ਪਰ 2-3 ਗੱਲਾਂ ਜ਼ਰੂਰ ਕਰਨੀਆਂ ਚਾਹਾਂਗਾ। ਆਹ ਪਹਿਲੀ ਚੋਣ ਹੈ ਆਜ਼ਾਦ ਭਾਰਤ ਵਿੱਚ ਪੰਜਾਬ 'ਚ, ਜਦ ਚੋਣ 'ਚ 4 ਪਾਰਟੀਆਂ ਚੋਣ ਲੜਨਗੀਆਂ ਪੰਜਾਬ 'ਚ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਝਾੜੂ ਵਾਲੇ ਅਤੇ ਇੱਕ ਆਪਣਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੈਪਟਨ ਸਾਹਿਬ ਰਲਦੇ ਆ ਕਿ ਹੋਰ ਕੌਣ ਕੌਣ ਰਲਦੇ ਆ, ਚੌਥੀ ਧਿਰੇ ਹੋਊਗੀ ਅਤੇ ਇਹ ਸਾਰੇ ਨਤੀਜੇ ਬੜੇ ਵਧੀਆ ਹੋਣੇ ਆ ਕਿਉਂਕਿ 2017 ਤੱਕ ਪੰਜਾਬ 'ਚ ਹਮੇਸ਼ਾ 3 ਧਿਰਾਂ ਲੜਦੀਆਂ ਰਹੀਆਂ, 2 ਧਿਰਾਂ ਲੜਦੀਆਂ ਰਹੀਆਂ, ਅਕਾਲੀ ਦਲ ਅਤੇ ਕਾਂਗਰਸ। ਤੁਸੀਂ ਦੇਖੋ ਕਿ ਪਹਿਲੀ ਵਾਰ 67 'ਚ ਜਦ ਆਪਣੀ ਸਰਕਾਰ ਬਣੀ ਉਦੋਂ ਅਕਾਲੀ ਦਲ ਤੋਂ ਬਿਨਾਂ ਛੋਟੀਆਂ ਛੋਟੀਆਂ ਕਈ ਤਰ੍ਹਾਂ ਲੜੀਆਂ, ਕਾਮਰੇਡ ਵੀ ਲੜੇ, ਜਨਸੰਘ ਸੀ ਉਹ ਵੀ ਲੜਿਆ, ਆਜ਼ਾਦ ਵੀ ਲੜੇ, 9 ਆਜ਼ਾਦ ਜਿੱਤੇ, 24 ਆਪਣੇ ਸੰਤ ਫਤਿਹ ਸਿੰਘ ਅਕਾਲੀ ਦਲ ਦੇ ਜਿੱਤੇ, 2 ਮਾਸਟਰ ਅਕਾਲੀ ਦਲ ਦੇ ਜਿੱਤੇ, 5 ਜਨਸੰਘ ਦੇ ਜਿੱਤੇ, 3 ਕਮਿਊਨਿਸਟ ਜਿੱਤੇ ਅਤੇ ਆਪਣੀ ਪਹਿਲੇ ਆਜ਼ਾਦ ਭਾਰਤ ਵਿੱਚ ਜੇ ਅਕਾਲੀ ਦਲ ਦੀ ਲੀਡਰਸ਼ਿਪ ਤਹਿਤ ਸਰਕਾਰ ਬਣੀ ਤਾਂ 67 'ਚ ਬਣੀ। ਹੁਣ ਇਹਦਾ 4 ਧਿਰ ਕੰਟੈਸਟ ਹੋਣਾ ਹੈ। 1996 ਵਿੱਚ ਆਪਣਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਇਆ ਸੀ, ਬਹੁਜਨ ਸਮਾਜ ਪਾਰਟੀ ਨੇ 3 ਪਾਰਲੀਮੈਂਟ ਦੀਆਂ ਸੀਟਾਂ ਲਈਆਂ ਸੀ, ਫਿਲੌਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ, 10 ਸੀਟਾਂ ਲੜੀਆਂ ਸੀ ਅਕਾਲੀ ਦਲ ਨੇ। ਅਕਾਲੀ ਦਲ ਜਿੱਤਿਆ 10 ਚੋਂ 8 ਸੀਟਾਂ, ਬਹੁਜਨ ਸਮਾਜ ਜਿੱਤਿਆ 3 ਦੀਆਂ 3 ਸੀਟਾਂ, ਕਾਂਗਰਸ ਸਿਰਫ ਜਿੱਤੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਸੀਟ। ਸੋ ਅੱਜ ਜੋ ਸਥਿਤੀ ਅੱਜ ਆਈ ਹੈ ਉਹ ਬੜੀ ਇੱਕ ਸਪਸ਼ਟ ਨੀਤੀ ਆ ਦੇ ਸਾਹਮਣੇ, ਜਦ ਕਿਰਤੀ ਤੇ ਕਿਸਾਨ ਰਲ ਜਾਂਦਾ ਹੈ ਪੰਜਾਬ 'ਚ ਰੁੱਖ ਬਦਲ ਜਾਂਦਾ ਹੈ। ਇਹ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੈ।
मैं समझदा कि अज जे दुआबे दुआबे की इलेक्शन कराई जाए तो आप 23 सीटा चो 16 या 17 जितते पे। चौदह दिसंबर की श्रोमणी अकाली दल की मोगा रैली, क्योंकि 100 साल आप मना श्रोमणी अकाली दल का, बसा भी जानिया ते पार्टी नू योगदान भी भेजना आर्थिक तौर पर। गरेवाल साहब, मैं नहीं जी इन्हों को पुछ लो सारे, मैं इन्होंने कभी कोई भार नहीं पाया, जिन्हें प्रोग्राम होंगे कर भी देंगे आ बैठे चाहता मनोज सिंह होनी करते भी आ सारे हरनाम सिंह जी, पर ऐतकी तो हुण तां अपना आखिरी रैली है इलैक्शन तो पहला, हुण पिंडां दे पिंड खाली करके आप बसां च बह के, मैनूं जथेदार साहब ने कहा भी जे जथेदार साहब आप बसां च बैठणगे तां बसां भरनगियां, सारिआं दा ही हुंदा, पर बसां च ही जाणा, क्योंकि इदू बाद मोगा रैली तो बाद हुण कोई वड्डी रैली होणी नहीं, फिर चोणां च आपां चले जाणा, फिर तो पिंड पिंड सामना आप सारे बूथ बूथ ते पहरा देना। सो ऐतकी हुण कोई बहाना ना लायो ते डट के आपां कम करिए, ते पंथ दी सरकार बहुजन दी सरकार आपां लैके आईए। माहौल इस वेले पूरा बनिया पिया, हुण तां जिहड़े कई अपने बंदे होंदे थोड़े जिहे आवे ना किंतु परंतु वाले, वह भी छड़ दिओ, हुण किंतु परंतु रहा नहीं, हुण तां सर्वे टीमां टैलीविजन वाले वह भी बोलण लग पए भी अकाली आ रहे, जिन्हें कम किए अकाली दल ने पिछली सरकार च हुण लोगों को वह चेते आ रहे। सो मैं ज़्यादा कुछ ना कहिंदा होया जिथे तुहाडा सब का स्वागत करदा, धन्नवाद करदा, तुसी आए ठंड च कम छड के, ते बस पूरा जोर हुण 14 दी रैली ते ला दिओ। ਉੱਚੀ ਸਾਧ ਸੰਗਤ, ਮੈਨੂੰ ਧੰਨਵਾਦ ਕਰਨ ਦਾ ਹੁਕਮ ਹੋਇਆ। ਮੈਂ ਤਾਂ ਲੇਟ ਪਹੁੰਚਿਆ ਕਿਉਂਕਿ ਅਸੀਂ ਸਿੰਘੂ ਬਾਰਡਰ 'ਤੇ ਸੀਗੇ, ਆਪਣੇ ਪੜਾਅ ਚੱਕਣੇ ਸੀਗੇ ਜਿਹੜੇ ਜਿੱਤਣ ਤੋਂ ਬਾਅਦ ਆ, ਤਾਂ ਮੈਂ ਸਿੱਧਾ ਸਵੇਰ ਤੁਹਾਡੇ ਕੋਲ ਆਇਆ ਤੁਹਾਡੇ ਦਰਸ਼ਨ ਕੀਤੇ ਸੰਗਤ ਦੇ। ਅੱਜ ਪਹਿਲਾਂ ਸਭ ਤੋਂ ਪਹਿਲਾਂ ਤਾਂ ਫਤਿਹ ਜਿਹੜੀ ਆਪਾਂ ਜਿੱਤ ਗਏ ਉਹਦੀ ਸਭ ਨੂੰ ਵਧਾਈ ਦਿੰਦਾ, ਅਤੇ ਦੂਜਾ ਜੋ ਮੇਰੇ ਤੋਂ ਆਉਣ ਤੋਂ ਪਹਿਲਾਂ ਸਾਡੇ ਹਲਕਾ ਇੰਚਾਰਜ ਚੱਕਰੇਵਾਲ ਸਾਹਿਬ ਨੇ ਡਿਊਟੀਆਂ ਲਾਈਆਂ, ਮੈਂ ਤਾਂ ਨਹੀਂ ਸੁਣੀਆਂ, ਤੁਸੀਂ ਸਾਰਿਆਂ ਨੇ ਸੁਣੀਆਂ ਹੋਣੀਆਂ, ਉਹਨਾਂ 'ਤੇ ਸਮੁੱਚੇ ਜੋ ਆਪਣੀ ਲੀਡਰਸ਼ਿਪ ਆਪਾਂ ਨੂੰ ਉਦੇਸ਼ ਕਰਕੇ ਗਈ ਆ, ਆਪਾਂ ਉਹਦੇ 'ਤੇ ਉਤਰਨਾ ਅਤੇ ਆਪਾਂ ਵਿਸ਼ਵਾਸ ਦਿਵਾਉਣਾ ਵੀ ਜਿਹੜੀ ਸਾਡੀ ਆਉਣ ਵਾਲੀ ਇਲੈਕਸ਼ਨ ਆ ਅਸੀਂ ਵੱਧ ਚੜ੍ਹ ਕੇ ਜਿੱਤਾਂਗੇ, ਅਤੇ ਜਿਸ ਤਰ੍ਹਾਂ ਦੀਆਂ ਵੀ ਡਿਊਟੀਆਂ ਲੱਗਣਗੀਆਂ ਉਹਨੂੰ ਨਿਭਾਵਾਂਗੇ। ਸਮੁੱਚੀ ਆਦਮਪੁਰ ਸਾਧ ਸੰਗਤ MLA ਸਾਹਿਬ ਵੱਲੋਂ ਗਰੇਵਾਲ ਸਾਹਿਬ ਦਾ ਇੱਥੇ ਅਤੇ ਤੁਹਾਡੀ ਸਾਧ ਸੰਗਤ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।